ਲਓ ਜੀ, ਲਓ ਲਾਹੌਰ ਦੇ ਦੁਪੱਟੇ ਦਿਖਾ ਦਿੰਦੇ ਆ। ਲਓ ਜੀ ਆ ਗਏ ਆ ਵੀ ਲਾਹੌਰ ਦੇ ਦੁਪੱਟੇ। ਹੋਰ ਸੁਣਾਓ, ਇਹਨੂੰ ਚੜ੍ਹਦੀ ਕਲਾ? ਬਾਕੀ ਦੇਖੋ ਬਾਰਗੇਨਿੰਗ ਕਿੰਨੀ ਕਰਨੀ ਪੈਂਦੀ ਆ, ਰੇਟ ਪਹਿਲਾਂ ਅਪ ਕਰਦੇ ਆ ਫਿਰ ਡਾਊਨ ਕਰਦੇ ਆ, ਹਾਲੇ ਹੋਰ ਕਰਾਂਗੇ ਬਾਰਗੇਨਿੰਗ। ਕਿੰਨਾ ਕਹਿ ਦਾ ਰੇਟ? ਟੇਸਟੀ ਪੂਰਾ ਵਾ, ਠੀਕ ਆ, ਪਰ ਹੈ ਇਹਦੀ ਕੋਲ 200 ਰੁਪਏ ਦੀ। ਸਿੱਧੂ ਮੂਸੇਵਾਲੇ ਦੇ ਫੈਨ ਆ ਸਾਰੇ ਸਾਰੇ ਫੈਨ ਆ ਸਿੱਧੂ ਮੂਸੇਵਾਲੇ ਦੇ ਫੈਨ ਆ ਬਾਈ ਯਾਰ, ਬਹੁਤ ਸੁਣਦੇ ਇੱਧਰ। ਇਹ ਉਹ ਮਿੱਟੀ ਜਿੱਥੇ ਕਿ ਬਾਬਾ ਨਾਨਕ ਜੀ ਖੇਤੀ ਕਰਦੇ ਹੁੰਦੇ ਸੀ ਕਿਸੇ ਟਾਈਮ। ਇਹ ਲਾਂਘਾ ਖੁੱਲ੍ਹਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਯਾਰੀ ਦੇ ਕਾਰਨ ਇਹ ਜਿਹੜਾ ਲਾਂਘਾ ਖੁੱਲ੍ਹਿਆ ਅਤੇ ਅਸੀਂ ਦਰਸ਼ਨ ਕਰ ਰਹੇ ਹਾਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਵਧੀਆ ਇਹ ਵੱਡਾ ਪੁੰਨ ਦਾ ਕੰਮ ਕੀਤਾ। ਇੱਕ ਦੂਜੇ ਨਾਲ ਚਲੋ ਆਪਾਂ ਜੁੜੇ ਹਾਂ, ਦਰਸ਼ਨ ਕਰ ਰਹੇ ਹਾਂ ਅਤੇ ਬਹੁਤ ਹੀ ਸ਼ਲਾਘਾਯੋਗ ਕਦਮ ਆ। ਅਤੇ ਹੋਰ ਵੀ ਸਾਰੇ ਲਾਂਘੇ ਖੁੱਲ੍ਹਣੇ ਚਾਹੀਦੇ ਆ ਤਾਂ ਜੋ ਕਿ ਸਾਰੇ ਹੀ ਸੰਗਤ ਆ ਕੇ ਦਰਸ਼ਨ ਕਰ ਸਕਣ। ਧੰਨਵਾਦ ਬਹੁਤ। ਅਤੇ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਕਰਤਾਰਪੁਰ ਸਾਹਿਬ ਦਾ ਵੇਖਿਆ, ਅਤੇ ਅੱਜ ਆ ਵੈਸੇ ਦਿਨ ਤਾਂ ਉਹੀ ਆ, ਵਲੌਗ ਦਾ ਨੈਕਸਟ ਡੇ ਆ। ਅਤੇ ਹੁਣ ਤੁਹਾਨੂੰ ਪਹਿਲਾਂ ਦਿਖਾਉਂਦੇ ਹਾਂ ਇੱਥੋਂ ਦਾ ਬਾਜ਼ਾਰ ਅਤੇ ਕਿੰਨੀਆਂ ਕੁ ਚੀਜ਼ਾਂ ਮਹਿੰਗੀਆਂ ਅਤੇ ਕਿੰਨੀਆਂ ਕੁ ਸਸਤੀਆਂ ਉਹ ਦਿਖਾਉਂਦੇ ਹਾਂ। ਅਤੇ ਪਿਛਲੀ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ, ਜਿਉਂਦੇ ਵਸਦੇ ਰਹੋ। ਅਤੇ ਬਾਕੀ ਸਾਹਮਣੇ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਬਣਿਆ ਅਤੇ ਘੋੜਾ, ਅਤੇ ਇੱਧਰ ਕਾਫੀ ਖੁੱਲ੍ਹਾ ਡੁੱਲਾ ਜਿਹਾ ਮਾਹੌਲ ਆ ਅਤੇ ਕਾਫੀ ਸੋਹਣਾ ਬਣਿਆ, ਕਾਫੀ ਪਾਰਕ ਬਣੇ ਹੋਏ ਆ। ਅਤੇ ਸਾਹਮਣੇ ਹੁਣ ਤੁਹਾਨੂੰ ਦਿਖਾਉਂਦੇ ਇੱਥੋਂ ਦੇ ਬਾਜ਼ਾਰ। ਲਓ ਜੀ ਆ ਗਿਆ ਬਾਜ਼ਾਰ, ਭਾਈ ਅਜੀਤਾ ਜੀ ਬਾਜ਼ਾਰ। ਲਓ ਜੀ ਦੇਖੋ ਸਾਰੀਆਂ ਦੁਕਾਨਾਂ, ਪੰਜਾਬੀ ਜੁੱਤੀ, ਪੰਜਾਬੀ ਸੂਟ, ਨਾਲ ਇੱਕ ਸਾਰਾ ਬਾਜ਼ਾਰ। ਇੱਧਰ ਠੰਡਾ ਤੱਤਾ ਪੀਣ ਨੂੰ, ਬਾਕੀ ਦੇਖਦੇ ਹਾਂ ਕਿੰਨਾ ਕੁ ਮਹਿੰਗਾ ਕਿੰਨਾ ਕੁ ਸਸਤਾ, ਤੁਹਾਨੂੰ ਸਾਰਾ ਦਿਖਾਉਂਦੇ ਹਾਂ ਜੀ। ਪਾਕਿਸਤਾਨ ਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ, ਸ਼ੌਪ ਨੰਬਰ 2, ਲਾਹੌਰ ਕਲਾਥ ਹਾਊਸ। ਹੋਰ ਕੀ ਹਾਲ ਚਾਲ? ਬਸ ਵਧੀਆ, ਚੜ੍ਹਦੀ ਕਲਾ? ਹਾਂਜੀ ਹਾਂ, ਦੇਖਦੇ ਹਾਂ ਕੁਝ ਨਹੀਂ, ਦੇਖਦੇ ਤੇ। ਲਓ ਜੀ ਸੂਟ ਬੜੇ ਸੋਹਣੇ ਸੋਹਣੇ ਇੱਥੇ, ਅਤੇ ਆਹ ਕੁੜਤੇ ਪਜਾਮੇ ਦੇ ਕੱਪੜੇ ਸਾਰੇ ਪਾਕਿਸਤਾਨੀ ਕੁੜਤੇ ਸੂਟ। ਆਹ ਦੇਖੋ ਪੰਜਾਬੀ ਲੇਡੀ ਸੂਟ ਸਾਰੇ। ਹਾਊ ਟੂ ਯੂ ਫੀਲ ਬਾਈ? ਕੂਲ 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 ਕੂਲ। ਲਓ ਜੀ, ਲਓ ਲਾਹੌਰ ਦੇ ਦੁਪੱਟੇ ਦਿਖਾ ਦਿੰਦੇ ਹਾਂ। ਲਓ ਜੀ ਆ ਗਏ ਆ ਵੀ ਲਾਹੌਰ ਦੇ ਦੁਪੱਟੇ। ਹੋਰ ਸੁਣਾਓ, ਇਹਨੂੰ ਚੜ੍ਹਦੀ ਕਲਾ? ਚੜ੍ਹਦੀ ਕਲਾ ਪੂਰੀ? ਆਹੋ ਜੀ ਬਿਲਕੁਲ ਜੀ। ਚਲੋ ਲਓ ਜੀ ਆ ਲਾਹੌਰ ਦੇ ਦੁਪੱਟੇ ਦੇਖੋ ਸਾਰੇ ਤੁਸੀਂ। ਹਾਂ ਦੇ ਇੰਡੀਆ ਦਾ 700 ਦਾ ਕਿੰਨੇ ਮੀਟਰ? 4 ਮੀਟਰ। ਵੱਡੇ ਪਣੇ ਦਾ ਬਾਂਜੂ 3.5 ਮੀਟਰ ਦਾ ਬੰਦਾ ਕੁੜਤਾ ਪਜਾਮਾ, ਪਠਾਨੀ 4 ਦੀ ਕਟਿੰਗ, 4 ਮੀਟਰ ਦੀ। ਠੀਕ ਹੈ, 4 ਮੀਟਰ 700 ਦਾ ਪਊਗਾ ਇੰਡੀਆ ਦੇ? 700 ਦੇ ਦੀ ਦਿਖਾ ਲਈਏ ਕਿਹੜਾ, ਫਿਰ ਲੈਣੇ ਆ ਕੇ ਪੰਜਾਬ। ਹੋਰ ਸੁਣਾਓ, ਵਧੀਆ ਚੜ੍ਹਦੀ ਕਲਾ?
ਹੁਣ ਲੱਗ ਜੀ ਆ ਸਾਰਾ ਲੱਕੜ ਦਾ ਸਮਾਨ ਦੇਖੋ ਤੁਸੀਂ, ਇੱਕ ਤੋਂ ਇੱਕ ਬਾਗ ਮਾਲ ਲੈ ਲਵਾਂ। ਸਾਹਮਣੇ ਟਾਈਮ ਪੀਸ ਕਰਤਾਰਪੁਰ ਸਾਹਿਬ ਦੇ, ਇਹ ਕਹਿੰਦਾ ਵੀ ਅੰਦਰੋਂ ਬਣਾਓ ਸਾਰੀ, ਆਹ ਟਾਈਮ ਪੀਸ ਵੀ ਮਿਲ ਜਾਣੇ ਤੁਹਾਨੂੰ ਇੱਥੇ ਵਧੀਆ, ਆ ਸਾਰਾ ਲੱਕੜ ਦੀ ਏ ਟੂ ਜੈਡ ਆਈਟਮ ਮਿਲ ਜੂਗੀ ਤੁਹਾਨੂੰ ਕਰਤਾਰਪੁਰ ਸਾਹਿਬ। ਇੱਧਰ ਵੀ ਕੱਪੜਾ ਹੀ ਕੱਪੜਾ, ਕੀ ਲੈਣਾ ਫਿਰ ਆਪਾਂ? ਚੁੰਨੀਆਂ, ਦੁਪੱਟੇ ਲੈਣੇ, ਦੁਪੱਟੇ ਆ ਗਏ ਆ ਗਏ ਆ ਗਏ। ਲਓ ਜੀ ਇੱਧਰ ਮਿਲ ਜਾਂਦੇ ਆਪਾਂ ਨੂੰ ਸਾਰੇ, ਇਹ ਤਾਂ ਲਿਜਾਈਏ ਕਿਹੜਾ ਬੀ ਆ, ਇਹ ਡਰਾਈ ਫਰੂਟ ਆ। ਲਓ ਜੀ ਇੱਧਰ ਆ ਗਏ ਸਾਰੇ ਡਰਾਈ ਫਰੂਟ ਪਾਕਿਸਤਾਨੀ। ਕਿਸ਼ਮਿਸ਼ ਦੇਖੋ ਕਿੱਡੀ ਕਿੱਡੀ ਪਈ ਆ, ਬਲੈਕ ਕਿਸ਼ਮਿਸ਼ ਆ ਗਏ ਆ ਗਏ ਆ ਗਏ। ਇੱਧਰ ਅਖਰੋਟਾਂ ਦੇ ਗੱਟੇ ਗੱਟੇ ਪਏ ਆ, ਡਾਲਟੇ ਵਾਲਾ ਕਿ ਦੇਸੀ ਵਾਲਾ, ਦੇਸੀ ਘਿਓ ਵਾਲਾ, ਇਹ ਡਾਲਟੇ ਵਾਲਾ ਵੀ ਦੇ ਦਿੰਦੇ ਵਿੱਚ ਕਿ ਨਹੀਂ? ਕੀ ਪ੍ਰਾਈਜ਼ ਆ? ਖਜੂਰ ਵਾਲਾ ਹੈਗਾ ਤੁਹਾਨੂੰ ਮਿਲੇਗਾ 1200 ਦਾ, 430 ਦਾ ਕਿਲੋ, 2025 ਮਾਮਰਾ ਬਦਾਮ ਵੀ ਹੈਗੇ ਕਿ ਨਹੀਂ? ਲਓ ਜੀ ਅਖਰੋਟ ਖਾ ਕੇ ਦੇਖੋ, ਠੰਡੀ ਆ, ਖੂਨ ਗਾਹ ਨੀ ਕਰਦਾ, ਕੋਲੈਸਟ੍ਰੋਲ ਨੀ ਤਾਂ ਬਦਾਮ ਦਾ ਹੈਗਾ। ਆਹ ਮਾਮਰਾ ਠੀਕ ਹੀ ਰੇਟ ਚ, ਮਾਮਰਾ ਬਦਾਮ 1600 ਕਿਲੋ, ਇੰਡੀਆ ਦਾ 1600 ਦਾ ਕਿਲੋ। ਇਹ ਤਸੀਰ ਠੰਡੀ ਹੈ, ਖੂਨ ਗਾਹ ਨਹੀਂ ਕਰੇਗਾ, ਕੋਲੈਸਟ੍ਰੋਲ ਨਹੀਂ ਸੁਣੇਗਾ, ਵਧਾਏਗਾ ਬਦਾਮ ਦਾ ਟੈਸਟ। ਬਾਜ਼ਾਰ ਵੈਸੇ ਬਈ ਕਾਫੀ ਹੁਣ ਤਾਂ ਵੱਡਾ ਹੁੰਦਾ ਜਾਂਦਾ, ਤੇ ਪਰ ਹੁਣ ਰੱਬ ਨੇ ਧੁੱਪ ਵੀ ਕਰਦੀ, ਜਿੰਨਾ ਚਿਰ ਮੱਥਾ ਟੇਕਦੇ ਉਨਾ ਸਰ ਸ਼ਾਂਤੀ ਸੀ। ਪਰ ਇੰਡੀਆ ਦੇ ਕੁਛ ਹੋਰ 500 ਦਾ ਅਤੇ ਉਹ 1200 ਬਣਾ ਦਿੰਦੇ ਹੈ ਨਾ, ਕੰਮ ਹਿਸਾਬ ਤਾਂ ਉੱਥੇ ਹੀ ਆ ਜਾਂਦਾ। ਕੋਲਡ ਡਰਿੰਕ ਪੀਣਾ ਕਿ ਰੁੱਕ ਕੇ ਪੀਣਾ? ਪਾਕਿਸਤਾਨ ਦਾ ਠੰਡਾ ਤਾਂ ਪੀ ਕੇ ਜਾਵਾਂ ਪੈਪਸੀ, ਜਿਹੜੀ ਚੀਜ਼ ਆਪਾਂ ਲਾਹਾ ਲੈ ਸਕਦੇ ਹਾਂ ਉਹ ਤਾਂ ਲਵਾਂਗੇ। ਆ ਵੀ ਨਵਾਂ ਖੁੱਲ੍ਹ ਲਿਆ ਜਿਊਲਰੀ 'ਚ, ਘੜੇ ਹੈਗੇ ਆ ਬਾਈ ਇੱਥੇ ਵੀ। ਹਾਂ ਵੀ ਕੀ ਹਾਲ ਚਾਲ ਆ? ਚੜ੍ਹਦੀ ਕਲਾ ਨਵੀਂ ਖੋਲ੍ਹੀ ਸ਼ੋਪ ਹੁਣੇ? ਕਿੱਥੋਂ ਤੁਸੀਂ? ਲੋਕਲ ਹੀ ਇੱਥੋਂ? ਨਾਰੋਵਾਲ? ਠੀਕ ਆ। ਅਤਰ ਕਿਹੜਾ ਅਤਰ ਹੈ? ਨਹੀਂ ਇਹ ਤਾਂ ਚਲਾ ਜਾਂਦਾ, ਮਿੱਟੀ ਵੀ ਓਦਾਂ ਦੀ ਚੀਜ਼ ਨਹੀਂ ਜਾਣੀ, ਮਿੱਟੀ ਮੁੱਟੀ ਨਹੀਂ ਜਾਂਦੀ, ਬੀਜ ਨਹੀਂ ਹਾਂ, ਝੰਡਾ ਨਹੀਂ ਜਾਏਗਾ, ਨਕਸ਼ਾ ਨਹੀਂ ਜਾਏਗਾ, ਸਾਰੇ ਅਤਰ ਹੀ ਆ, ਸਾਰੇ ਅਤਰ ਹੀ ਆ।
ਉਹ ਵੀ ਆ ਤਰੀ ਤਰ੍ਹਾਂ ਕੜੇ ਕੁੜੇ ਮਿਲਦੇ ਆ ਪੂਰਾ ਸਿਰਾ ਹੈ ਨਾ। ਕੀ ਪ੍ਰਾਈਜ਼ ਆ? ਪਾਕਿਸਤਾਨੀ 1000 ਇੰਡੀਆ 350। ਆਹਾ ਹੈ ਹਾਂਜੀ 350 ਇੰਡੀਆ ਦਾ ਹਾਂਜੀ 6-7। ਸਾਰੇ ਇੱਕੋ ਕੰਪਨੀ ਦੀ ਹੈ ਨਾ? ਹਾਂਜੀ ਇੱਕੋ ਕੰਪਨੀ। ਯਾਰ ਉਹਨੇ ਆਪਦਾ ਵੇਖਣਾ। ਪਾਕਿਸਤਾਨੀ 70,000 ਕਰਾਇਆ ਹੈ, ਇੰਡੀਆ ਦਾ 25,000 ਪਾਉਂਦਾ। ਇੰਡੀਆ ਦਾ 25,000 70,000 ਬੜਾ ਮਹਿੰਗਾ ਹੈ। ਉਹ ਸਾਹਮਣੇ ਲੱਖ ਦੀ ਹੈ, 1.25 ਲੱਖ ਤੇ ਉਹ ਚੜ੍ਹਦੀ ਕਲਾ ਜਗਦੀ ਕਲਾ ਉਹਦੀ ਸਭ ਕਰੀ ਨੇ ਤੇ। ਹਾਂ ਜੋ ਅੰਦਰ ਆ ਜਾਓ, ਬੈਠੋ ਆ ਕੇ ਤੁਸੀਂ ਲਈ ਰੱਖੋ। ਬਸ ਕਿਰਾ ਕੱਢ ਲਈਏ ਸਾਰੇ ਗੇੜਾ, ਫਿਰ ਆਉਣੇ ਆ। ਗੇੜਾ ਕੱਢ ਲਓ, ਬਾਕੀ ਚੀਜ਼ਾਂ ਸਾਡੀਆਂ ਬੜੀਆਂ ਫੇਮਸ ਨੇ, ਕਾਟਨ ਵੀ ਠੀਕ ਆ। ਸਕੀ ਕੋਟ ਦੋ ਕੋੜੇ ਜੀ। ਇਹ ਕੀ ਰੇਟ ਪੈਂਦਾ? ਰੇਟ ਵੱਡੇ ਬਣੇ ਦਾ? ਹਾਂਜੀ ਵੱਡੇ ਬਣੇ ਦਾ, ਮਾਨ ਲਈ ਰੇਟ ਲਾਵਾਂਗੇ। 4 ਮੀਟਰ ਨਾ ਬੰਜੂ ਤੁਹਾਡਾ, ਵੈਸੇ ਜਿਹੜਾ ਇੰਡੀਆ ਦੀ ਕਟਿੰਗ ਉਹ 3.5 ਮੀਟਰ ਦੇ ਸਮਾਂ, ਅਸੀਂ 4 ਮੀਟਰ ਦੇ ਦਿੰਦੇ ਹਾਂ। ਵਾਲ ਨਹੀਂ ਪੈਂਦਾ ਇਹ ਚਾਣਾ? ਇਹ ਭਾਜੀ ਵੇਦੇ ਵਿੱਚ 500 ਵੀ ਆਉਂਦਾ, 800 ਵੀ ਆਉਂਦਾ। ਇੰਡੀਆ ਦਾ? ਹਾਂਜੀ ਇੰਡੀਅਨ ਪ੍ਰਾਈਸ, ਇੰਡੀਅਨ ਪਾਕਿਸਤਾਨੀ ਲਵਾਂਗੇ, ਪਾਕਿਸਤਾਨੀ ਬਸ। ਕਰੰਸੀ ਤਾਂ ਉਹੀ ਲੈਣੀ, ਚੇਂਜ ਕਰਾਈ। ਲਓ ਜੀ ਬੀਬੀਆਂ ਦੇ ਸੂਟ ਇੱਧਰ ਬੜੇ ਸੋਹਣੇ ਸੋਹਣੇ ਆ ਬਈ, ਪੂਰੇ ਘੈਂਟ ਆ। ਪਰ ਆਹ ਜਦੋਂ ਹੱਥ ਲਾਈਦਾ ਨਾ ਇਹ ਥੋੜ੍ਹਾ ਮੁਲਾਇਮ ਹੀ ਵੱਧ ਆ, ਅੰਦਰਲੇ ਪਾਸੇ ਵੀ ਉੱਦਾਂ ਹੀ ਆ, ਲਾਈਨਿੰਗ ਨਹੀਂ ਲੱਗਣੀ ਇਹਦੇ। ਕਿੰਨੇ ਦਾ ਇਹ? 1500 ਦਾ ਆ ਗਿਆ। ਅੱਛਾ 1000 ਲੱਗੂਗਾ ਆਹ ਸੂਟ ਨੂੰ ਬਈ। ਸਾਰੇ ਠੀਕ ਆ ਜਿਹੜੇ, ਸਾਰੇ ਪਾਕਿਸਤਾਨੀ ਹੈ ਇਹਦਾ ਹਨਾ? ਸੇਮ ਰੇਟ ਹੀ ਹੈ ਇਹ? ਇਹ ਵੱਖਰਾ ਨਹੀਂ ਰੇਟ ਇਹਦਾ, ਵੱਧ ਆ ਇਹਦੇ ਨਾਲ ਇਹਦਾ ਹੀ ਸੇਮ ਆਹੀ। ਅੱਛਾ ਉਹਦਾ ਉਹ ਵੱਧ ਆ, ਆਲ ਓਵਰ ਆ ਠੀਕ ਆ। ਇਹਦੀ ਦੂਜੀ ਆ ਤੇ ਇਹਦੀ ਪਲੇਨ ਆ, ਠੀਕ ਠੀਕ। ਇੱਧਰ ਬੱਚਿਆਂ ਵਾਲੇ ਵੀ ਸਾਰੇ ਪਏ ਬਈ, ਇੱਧਰ ਸਾਰੇ ਬੱਚਿਆਂ। ਆਹ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਸੂਟ ਆ, ਵੈਸੇ ਘੈਂਟ ਆ। ਆਹ ਦੁਪੱਟੇ, ਆਹ ਦੁਪੱਟੇ ਆ ਸਾਰੇ, ਇੱਧਰ ਵੀ ਦੁਪੱਟੇ ਦੁਪੱਟੇ ਆ ਸਾਰੇ। ਹੈ ਵੈਸੇ ਚੀਜ਼ ਹੈਗਾ ਕੋਈ ਦਮ, ਵਧੀਆ ਲੱਗਦੀ ਆ। ਅੱਛਾ ਆਹ ਬਾਈਕਾਂ ਦੇ ਕਲਰ ਹੋ ਜਾਂਦੇ ਆ ਦੁਪੱਟੇ, ਹੁਣ ਸਾਨੂੰ ਥੋੜ੍ਹਾ ਭੇਤ ਘੱਟ ਆ, ਬਾਕੀ ਲੈ ਜਾਣ ਨੂੰ ਤਾਂ ਸਾਡਾ ਮਨ ਕਰਦਾ। ਚਲੋ ਦੇਖਦੇ ਹਾਂ, ਬਾਕੀ ਆਹ ਵੀ ਸੋਹਣਾ। ਇਹ ਸ਼ਾਲ ਆ ਬੂਲ ਦੇ, ਹੈ ਆਹ ਸ਼ਾਲ ਟਰਾਈ ਕਰ ਰਹੇ ਹਾਂ ਬਾਈ। ਇਹ ਵੈਸੇ ਆਪਣੇ ਤੇ ਵੀ ਸ਼ੂਟ ਕਰਦਾ ਕਿ ਨਹੀਂ, ਵਧੀਆ ਲੱਗਦਾ। ਆਹ ਇੱਧਰ ਆ ਗਿਆ ਬਲੈਕ, ਬਾਕੀ ਵੀਰ ਕਹਿੰਦਾ ਬਈ ਗਰੰਟੀ ਤਾਂ ਪੂਰੀ ਹੈ, ਕਹਿੰਦਾ ਦੁਬਾਰਾ ਆਉਂਗੇ, ਕਹਿੰਦਾ ਬਾਕੀ ਦੇਖੋ ਬਾਰਗੇਨਿੰਗ ਕਿੰਨੀ ਕਰਨੀ ਪੈਂਦੀ ਆ, ਰੇਟ ਪਹਿਲਾਂ ਅਪ ਕਰਦੇ ਆ ਫਿਰ ਡਾਊਨ ਕਰਦੇ ਆ, ਹਾਲੇ ਹੋਰ ਕਰਾਂਗੇ ਬਾਰਗੇਨਿੰਗ। ਕਿੰਨਾ ਕਹਿ ਦਾ ਰੇਟ? 500 ਘੱਟ ਤੋਂ ਘੱਟ ਕਰ ਲਿਆ ਯਾਰ, ਬਾਈ ਰੱਖੀ ਬੈਠਾ ਖੜਾਉਣੇ ਹੈ ਪੰਜਾਬ ਵਾਲੇ, ਖੜਾਉਣੇ ਆਪਣੇ ਵਾਲੇ ਹੀ ਜ਼ਿਆਦਾ ਯੋਧੇ ਆ। ਇਹ ਤਾਂ ਬਾਈ ਕਹਿੰਦਾ ਦਿਖਾਓ ਗਿਫਟ, ਦੇਖੋ ਗਿਫਟ ₹300 ਦਾ
ਸੋਨ ਹਲਵਾ ਖਾਏਗਾ ਦੇਸੀ ਵਾਲਾ ਕਿ ਡਾਲਟੇ ਵਾਲਾ ਖਵਾਈ ਜਾਂਦਾ ਸੋਨ ਹਲਵਾ ਕੀ ਰੇਟ ਆ ਟੇਸਟ ਕਰਾਇਆ ਇੰਡੀਅਨ 430 ਰੁਪਏ ਕਿਲੋ ਦੇ ਆ ਕਿੰਨਾ ਅੱਧਾ ਕਿਲੋ 1 ਕਿਲੋ ਦਾ ਭਾਜੀ ਪਾਕਿਸਤਾਨੀ 1200 ਦਾ ਆ ਵੀਰੇ ਅੱਧਾ ਕਿਲੋ ਪਾਕਿਸਤਾਨੀ 600 ਦਾ ਅੱਧਾ ਕਿਲੋ 215 ਦਾ ਹਾਂਜੀ ਵੀਰ ਜੀ ਆ ਕਿੰਨਾ ਦਾ ਇੰਡੀਆ ਦਾ 430 ਹੈ ਪਾਕਿਸਤਾਨੀ 1200 ਬਣਦਾ ਕਿਲੋ ਦਾ 430 ਦਾ ਹਾਂ ਹਾਂਜੀ ਪਾਕਿਸਤਾਨੀ 1200 ਦਾ ਕਿਲੋ ਅੱਧਾ ਕਿਲੋ ਪਾਕਿਸਤਾਨੀ 600 ਦਾ ਇੱਕ ਅੱਗੇ ਆ ਜਾਏ ਪਾਕਿਸਤਾਨੀ 1400 ਦਾ ਇੰਡੀਆ 5 ਦਾ ਸ਼ਹਿਰ ਚ ਤੇ ਦੇਸੀ ਘੀ ਚ ਖਵਾਇਆ ਕਿਹੜਾ ਸੀ ਆ ਭਾਜੀ ਆ ਖਵਾਇਆ ਹਾਂ ਖਵਾਇਆ ਲਓ ਜੀ ਗਰਮੀ ਬਹੁਤ ਸੀ ਪਰ ਰੱਬ ਨੇ ਹਵਾ ਛੱਡਤੀ ਮੌਸਮ ਪੂਰਾ ਠੰਡਾ ਹੋ ਗਿਆ ਬਈ ਸੁਣ ਲਈ ਨੇ ਉੱਥੇ ਕੇ ਜਾ ਕੇ ਸਾਨੂੰ ਬਹੁਤ ਗਰਮੀ ਸੀਗੀ ਆ ਬੱਦਲ ਇੱਧਰ ਹੁਣ ਅੱਜ ਕਹਿ ਸਕਦੇ ਵੀ ਚੜ੍ਹਦੇ ਵੱਲੋਂ ਆਇਆ ਲਹਿੰਦੇ ਵੱਲ ਨੂੰ ਬਦਲਾ ਅੱਗੇ ਕਹਿੰਦੇ ਲਹਿੰਦੇ ਵੱਲੋਂ ਆਇਆ ਬਾਈ ਅਤੇ ਬੜਾ ਬਈ ਵਧੀਆ ਲੱਗ ਰਿਹਾ ਇੱਥੇ ਤੁਰ ਫਿਰ ਕੇ ਬਾਜ਼ਾਰ ਦੇਖ ਕੇ ਇੱਧਰ ਬਾਈ ਚਾਹ ਬਣਾਈ ਜਾਂਦਾ ਚਾਹ ਜੂਣਾ ਪੀਏ ਪਹਿਲਾਂ ਇਹ ਠੰਡਾ ਠੰਡਾ ਪੀਂਦੇ ਹਾਂ ਵੀ ਇੱਥੇ ਕੋਲਡ ਡਰਿੰਕ ਅਤੇ ਪਾਕਿਸਤਾਨ ਦਾ ਝੰਡਾ ਇਹ ਬਾਜ਼ਾਰ ਹੁਣ ਪਹਿਲਾਂ ਤਾਂ ਉਹ ਦੋ ਹੁੰਦੇ ਸੀਗੇ ਅਤੇ ਆਹ ਹੁਣ ਕਾਫੀ ਜ਼ਿਆਦਾ ਅੱਗੇ ਬਾਜ਼ਾਰ ਬਣ ਗਿਆ ਇੱਧਰਲੀ ਸਾਈਡ ਵੀ ਅਤੇ ਚੱਲ ਠੰਡਾ ਠੰਡਾ ਪੀਂਦੇ ਹਾਂ ਕੋਲਡ ਡਰਿੰਕ ਪੀਂਦੇ ਹਾਂ ਯਾਰ ਚਾਹ ਤਾਂ ਪੀਤੀ ਆਪਣੀ ਹੈ ਨਾ ਇੱਧਰ ਹੈਗੀ ਪੰਜਾਬੀ ਜੁੱਤੀਆਂ ਦੀ ਦੁਕਾਨ ਉੱਧਰ ਹੈਗੀ ਆ ਲੱਕੀ ਪੰਜਾਬੀ ਬਲਾ ਪਸੀਨਾ ਆਇਆ ਪਿਆ ਹੈ ਹੋਰ ਠੀਕ ਠਾਕ ਦੇਖੋ ਜੀ ਪੰਜਾਬੀ ਜੁੱਤੀਆਂ ਦੇਖੋ ਸਾਰੀਆਂ ਪਿਛਾਵਲੀ ਲੱਕੀ ਤਿੱਲੇ ਵਾਲੀ ਸਾਡਾ ਮਹਰੂਨ ਵਨ ਪੀਸ ਲੱਪੇ ਵਾਲੀ ਦੋ ਪੀਸ ਲੱਕੀ ਹੈਗੀ ਆ ਪਿਛਾਵਲੀ ਕੋਲਾਪੁਰੀ ਕੱਚਿਆਂ ਦੇ ਸਾਦੇ ਜੁੱਤੀਆਂ ਜੁੱਤੀਆਂ ਬਾਈ ਸਾਰੀਆਂ ਦੇਖੋ ਤੁਸੀਂ ਕਿੰਨੇ ਐਮ ਐਲ 345 ਐਮ ਐਲ ਬਾਈ ਇੰਡੀਅਨ 70 ਪਾਕਿਸਤਾਨੀ 200 ਲੈ ਬਈ 200 ਵਾਲੀ ਪੀਂਦੇ ਅੱਜ ਕਹਿੰਦੇ ਪੈਪਸੀ ਸਿਰਫ ਪੈਪਸੀ ਪੀਣੀ 200 ਵਾਲੀ ਟੇਸਟੀ ਪੂਰਾ ਵਾ ਠੀਕ ਆ ਪਰ ਹੈ ਇਹਦੀ ਮਤਲਬ 200 ਰੁਪਏ ਦੀ ਇਹ ਆ ਪਾਕਿਸਤਾਨ ਵਾਲੀ ਜੇ ਕਿਸੇ ਨੇ ਬਈ ਦੱਬ ਕੇ ਸ਼ੋਪਿੰਗ ਕਰਨੀ ਹੈ ਨਾ ਪਾਕਿਸਤਾਨ ਦੀ ਚੀਜ਼ ਹਰ ਇੱਕ ਲੈ ਕੇ ਜਾਣੀ ਹੈ ਤਾਂ ਮੇਰੇ ਵੀਰ ਝੋਲਾ ਭਰ ਕੇ ਲੈ ਕੇ ਆ ਜਾਓ ਪੈਸਿਆਂ ਦਾ ਹਾਂ ਪੈਸੇ ਜਦੋਂ ਉੱਥੋਂ ਵਟਾਈ ਦੇ ਕਰੰਸੀ ਤਾਂ ਬੜੀ ਇੰਨੀ ਜ਼ਿਆਦਾ ਮਿਲਦੀ ਆ ਉਹ ਐਂ ਲੱਗਦਾ ਜਿਵੇਂ ਖਰਚੀ ਨਹੀਂ ਜਾਣੀ ਅਤੇ ਪਰ ਜਦੋਂ ਉਹਨਾਂ ਨੂੰ ਦੱਸਦੇ ਇੰਡੀਆ ਦਾ ਰੇਟ ਆ ਅਤੇ ਜਦੋਂ ਕੈਲਕੂਲੇਟ ਕਰਦੇ ਆ ਤਾਂ ਫਿਰ ਇੰਨੇ ਪੈਸੇ ਲੈਂਦੇ ਆ ਅਤੇ ਮੇਰੇ ਵੀਰ ਝੋਲੇ ਭਰ ਕੇ ਲਿਆਇਆ ਜਦੋਂ ਫਿਰ ਗੱਲਬਾਤ ਬਣੂਗੀ ਅਤੇ ਕਿ ਨਹੀਂ ਉਸਤਾਦ
ਚੱਲ ਬੋਸਕੀ ਤੇਰਾ ਵੇਖ ਲੈ ਬੋਸਕੀ ਬੋਸਕੀ ਕੁੜਤਾ ਪਜਾਮਾ ਦੇਖਦੇ ਹਾਂ ਬਾਈ ਬੋਸਕੀ ਦਾ ਇਹਦਾ ਕੰਮ ਕਰਡੇ ਕਰੀ ਬੈਠਾ ਬਾਈ ਸੈਮਸੰਗ ਦਾ ਏਸੀ ਲਵਾਈ ਬੈਠਾ ਬੈਲ ਆਉਂਦਾ ਬੈਲ ਆਉਂਦਾ ਬੈਲ ਅੱਛਾ ਸਾਡੇ ਸਾਡੇ ਵਾਂਗੂ ਮਾਫ਼ੀ ਮੂਫ਼ੀ ਨਹੀਂ ਹੈਗੀ ਇੱਥੇ ਪਾਕਿਸਤਾਨ ਆ ਕੇ ਬਾਈ ਬਹੁਤ ਵਧੀਆ ਲੱਗਾ ਵਧੀਆ ਲੋਕ ਆ ਘੈਂਟ ਆ ਪਿਆਰ ਮੁਹੱਬਤ ਕਰਦੇ ਐਨ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋ ਸੇਵਾ ਕੀ ਕਰੀਏ ਵੀਰ ਜੀ ਤੁਹਾਡੀ ਪਹਿਲੇ ਆ ਦੱਸੋ ਤੁਸੀਂ ਬਸ ਕੋਈ ਸੇਵਾ ਨਹੀਂ ਧੰਨਵਾਦ ਬਸ ਧੰਨਵਾਦ ਬਹੁਤ ਬਹੁਤ ਜਿਉਂਦੇ ਵਾਸਤੇ ਰਹੋ ਬਸ ਤਰੱਕੀਆਂ ਕਰੋ ਸਭ ਖੈਰ ਐਨ ਵਧੀਆ ਚੜ੍ਹਦੀ ਕਲਾ ਇਹ ਵੀਰ ਜੀ ਸਾਡੀ ਬੋਸ ਕੀ ਹੁੰਦੀ ਹੈ ਚੈੱਕ ਕਰੋ ਦੋ ਕੋਲ ਬੋਸ ਕੀ ਬਿਲਕੁਲ ਸੌਫਟ ਮੁਲਾਇਮ ਕੱਪੜਾ ਬੋਸ ਕੀ ਇੰਡੀਆ 'ਚ ਨਹੀਂ ਪੰਜਾਬ 'ਚ ਨਹੀਂ ਮਿਲਦੀ ਹੈ ਨਾ ਬਿਲਕੁਲ ਜੀ ਇਹ ਪੰਜਾਬ 'ਚ ਨਹੀਂ ਤੁਹਾਨੂੰ ਉੱਧਰ ਨਹੀਂ ਮਿਲੇਗੀ ਇੰਡੀਆ 'ਚ ਪਾਕਿਸਤਾਨ 'ਚ ਬਣਦੀ ਸਾਨੂੰ 1947 ਤੋਂ ਪਹਿਲੇ ਦੀ ਬਣਦੀ ਆ ਰਹੀ ਠੀਕ ਹੈ ਇਹ ਕਾਪੀ ਆ ਰੌਣਕਾਂ ਸ਼ੌਣਕਾਂ ਲੱਗੀਆਂ ਬਾਈ ਪੂਰੀਆਂ ਆਉਣੇ 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 ਲਓ ਜੀ ਪੂਰੀਆਂ ਰੌਣਕਾਂ ਲੱਗੀਆਂ ਬਾਜ਼ਾਰ ਦੇ ਵਿੱਚ ਧੁੱਪ ਇੱਕ ਵਾਰੀ ਫਿਰ ਆ ਗਈ ਆ ਅਤੇ ਬਾਕੀ ਹੁਣ ਬਾਜ਼ਾਰ ਤੁਹਾਨੂੰ ਸਾਰਾ ਦਿਖਾਤਾ ਰੇਟ ਵੀ ਤੁਹਾਨੂੰ ਦੱਸਤੇ ਆ ਅਤੇ ਇਸ ਤੋਂ ਬਾਅਦ 'ਚ ਆਪਾਂ ਖੇਤੀ ਦਿਖਾਵਾਂਗੇ ਤੁਹਾਨੂੰ ਦੁਪੱਟੇ ਹੈਂਡਵਰਕ ਦੇ ਆਹ ਦੇਖੋ ਤੁਸੀਂ ਸਾਰੇ ਹੈਂਡਵਰਕ ਦੇ ਦੁਪੱਟੇ ਸਾਰੇ ਕਰਦੇ ਹਾਂ ਟਰਾਈ ਜੇ ਗੱਲ ਬਣ ਗਈ ਬਾਕੀ ਸ਼ੂਟਿੰਗ ਦੇ ਵਿੱਚ ਸ਼ਫੂਨ ਨੇ ਬੈਂਬਰ ਸ਼ਫੂਨ ਦੇ ਸੂਟ ਨੇ ਮਸੂਰੀ ਦੇ ਸੂਟ ਨੇ ਜਾਂ ਜਾਂਦੇ ਨੇ ਗਰਮੀ ਵਾਲੇ ਕਾਟਨ ਦੇ ਸੂਟ ਆਹ ਦੇਖੋ ਜੀ ਸਾਰੇ ਸੂਟ ਹੀ ਸੂਟ ਹੈ ਇੱਥੇ ਬੀਬੀਆਂ ਭੈਣਾਂ ਦੇ ਖੁੱਲੇ ਰਹਿਣਗੇ ਪਹਿਲਾਂ ਹੈਂਡ ਚੜ੍ਹਦੀ ਕਲਾ ਲਓ ਬਈ ਵੀਰ ਕਹਿੰਦੇ ਫੋਟੋ ਕਰਾਉਣੀ ਆ ਤੇ ਬਾਈ ਅਸੀਂ ਵੀ ਫੋਟੋ ਕਰਾਉਣੀ ਆ ਤੇ ਬੜਾ ਬਾਈ ਪਿਆਰ ਦਿੰਦੇ ਆ ਧੰਨਵਾਦ ਜਿਉਂਦੇ ਵਾਦੇ ਰਹੋ ਸਾਰੇ ਵਧੀਆ ਹਨ ਹਾਂ ਯੂਟਿਊਬ ਤੇ ਮਾਝੇ ਵਾਲੇ ਭਾਊ ਹੋਰ ਸੁਣਾਓ ਠੀਕ ਹੈ ਚੜ੍ਹਦੀ ਕਲਾ ਘਰ ਪਰਿਵਾਰ ਵਧੀਆ ਚਲੋ ਆ ਜਾਓ ਇੱਥੇ ਮੈਟ ਤੇ ਆ ਜਾਓ ਧੁੱਪ ਬਹੁਤ ਆ ਫੋਟੋ ਕਰਦੇ ਹਾਂ ਸਹੀ ਗੱਲ ਆ ਅਸੀਂ ਵੀ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਹਾਂ ਵਧੀਆ ਲੱਗਦਾ ਘੈਂਟ ਆ ਹੈਂ ਇਹ ਨਹੀਂ ਬਾਰਡਰ ਇਹ ਤਾਂ ਬੰਨ ਇਹ ਤੂੰ ਅੱਗੇ ਪਾਸੇ ਬਾਰਡਰ ਦਾ ਅੱਗੇ ਆ ਹੈਂ ਨੇੜੇ ਹੋਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਵਧੀਆ ਤੁਹਾਡੀ ਤਾਂ ਨਹੀਂ ਫੀਸ ਲੱਗਦੀ ਉਧਰੋਂ 400 ਰੁਪਇਆ ਲੱਗਦਾ ਅੱਛਾ ਤੁਹਾਡੀ ਫੀਸ ਲੱਗਦੀ ਹੈ ਠੀਕ ਹੈ ਮੈਂ ਕਦੇ ਪੰਜਾਬੀਆਂ ਦੀ ਲੱਗਦੀ ਹੈ ਇੰਡੀਆ ਦੇ ਠੀਕ ਹੈ ਠੀਕ ਹੈ ਚਲੋ ਪੰਜਾਬ ਆਪਣਾ ਠੀਕ ਆ ਓਕੇ ਓਕੇ ਲਵ ਯੂ ਮੇਰਾ ਵੀ ਇੱਧਰ ਕਸੂਰ ਕਸੂਰ 'ਚ ਆਪਣਾ ਪਿੰਡ ਦਫਤੂ ਚਲੋ ਠੀਕ ਹੋ ਗਿਆ ਓਕੇ ਬਾਈ ਲਵ ਜੀ ਲਵ ਜੀ ਬਾਈ ਲਵ ਜੀ ਕਹਿੰਦੇ ਬਈ ਸਿੱਧੂ ਮੂਸੇਵਾਲੇ ਦੇ ਫੈਨ ਆਏ ਸਾਰੇ ਫੈਨ ਹਾਂ ਬਾਈ ਸਿੱਧੂ ਮੂਸੇਵਾਲੇ ਹਾਂ ਸਿੱਧੂ ਮੂਸੇਵਾਲੇ ਦੇ ਫੈਨ ਆ ਬਾਈ ਯਾਰ ਬਹੁਤ ਸੁਣਦੇ ਇੱਧਰ ਠੀਕ ਹੈ ਵੀਰੇ ਓਕੇ ਲਵ ਯੂ ਬਾਈ ਬਾਈ ਲਓ ਜੀ ਹੁਣ ਬਾਬਾ ਜੀ ਦੀ ਖੇਤੀ ਦਿਖਾਉਂਦੇ ਹਾਂ ਇਹ ਆ ਬਾਬਾ ਜੀ ਦਾ ਬਾਗ ਅਤੇ ਖੰਜੂਰਾਂ ਦੇਖੋ ਕਿੰਨੀਆਂ ਲੱਗੀਆਂ ਇਹ ਜਿਹੜੀ ਧਰਤੀ ਆ ਇਹ ਬਾਬੇ ਨਾਨਕ ਦੀ ਇਹ ਧਰਤੀ ਆ ਬਾਬਾ ਨਾਨਕ ਇੱਥੇ ਖੇਤੀ ਕਰਦਾ ਰਿਹਾ ਅਤੇ ਮਿੱਟੀ ਉਹੀ ਹੈ ਜਿਹਦੇ ਨਾਲ ਤਾਂ ਖੰਜੂਰਾਂ ਦੇਖੋ ਕਿੰਨੀਆਂ ਲੱਗੀਆਂ ਆ ਜਾ ਅੱਗੇ ਖੰਜੂਰਾਂ ਦੇਖ ਕੇ ਉਹਨੇ ਇੱਧਰ ਸਾਡੇ ਸੇਵਕ ਨੇ ਵੀ ਲਾ ਲਈਆਂ ਐਨਕਾਂ ਪਰ ਅੱਜ ਧੁੱਪ ਬਹੁਤ ਆ ਵੈਸੇ ਅਸੀਂ ਖੇਤੀ ਹੁਣ ਲਾਸਟ 'ਤੇ ਦੇਖਣ ਲੱਗੇ ਹਾਂ ਬਾਬਾ ਜੀ ਦੀ ਜਿੱਥੇ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ ਬਾਕੀ ਆ ਸਾਰਾ ਇੱਧਰ ਬਿਲਡਿੰਗਾਂ ਬਣੀਆਂ ਅਤੇ ਆਹ ਮੈਨੂੰ ਲੱਗਦਾ ਬਾਰਡਰ ਹੀ ਆਹ ਹੈ ਨਾ ਇਹਨਾਂ ਕ ਵੀ ਅੱਗੇ ਨਾ ਜਾ ਸਕੇ ਬੰਦਾ ਅਤੇ ਆਹ ਬਾਬਾ ਜੀ ਦੇ ਬਾਗ ਆ ਖੰਜੂਰਾਂ ਦੇਖੋ ਕਿੰਨੀਆਂ ਲੱਗੀਆਂ ਪਾਕਿਸਤਾਨ 'ਚ ਵੈਸੇ ਵੀ ਖੰਜੂਰਾਂ ਵੱਧ ਹੁੰਦੀਆਂ ਪਰ ਹਾਂ ਬਹੁਤ ਜ਼ਿਆਦਾ ਖੰਜੂਰਾਂ ਆ ਜਾਓ ਅੱਗੇ ਦੇਖੋ ਪੰਜਾਬ 'ਚ ਰਹਿ ਕੇ ਕਹਿੰਦੇ ਹੁੰਦੇ ਸੀ ਲਹਿੰਦੇ ਵੱਲੋਂ ਬੱਦਲ ਆਉਂਦਾ ਲਹਿੰਦੇ ਵੱਲੋਂ ਆਉਂਦਾ ਅੱਜ ਅਸੀਂ ਲਹਿੰਦੇ ਵੱਲ ਹਾਂ ਅਤੇ ਹੁਣ ਚੜ੍ਹਦੇ ਵੱਲੋਂ ਬੱਦਲ ਆਇਆ ਸੀ ਆਹ ਖੰਜੂਰਾਂ ਹੀ ਖੰਜੂਰਾਂ ਦੇਖੋ ਤੁਸੀਂ ਯੂਮ ਕਰਕੇ ਦਿਖਾ ਲਾਉਂਦਾ ਬੜੀਆਂ ਖੰਜੂਰਾਂ ਲੱਗੀਆਂ ਹੋਈਆਂ ਸਾਰੇ ਪਰੇ ਪਏ ਖੰਜੂਰਾਂ ਦੇ ਨਾਲ ਹੀ
ਇਹ ਆ ਉਹ ਮਿੱਟੀ ਜਿੱਥੇ ਕਿ ਬਾਬਾ ਨਾਨਕ ਜੀ ਖੇਤੀ ਕਰਦੇ ਹੁੰਦੇ ਸੀ ਕਿਸੇ ਟਾਈਮ, ਅਤੇ ਇਹ ਧਰਤੀ 'ਤੇ ਮੇਰੇ ਗੁਰੂ ਨਾਨਕ ਜੀ ਦੀ ਉਹ ਬਚਨ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਲਾਇਆ ਸੀ, ਅਤੇ ਇਹ ਜਗ੍ਹਾ ਪਵਿੱਤਰ ਉਹ ਧਰਤੀ ਆ ਜਿੱਥੇ ਕਿ ਬਾਬਾ ਨਾਨਕ ਜੀ ਨੇ ਖੇਤੀ ਕੀਤੀ ਕਿਸੇ ਟਾਈਮ, ਅਤੇ ਅੱਜ ਬੜਾ ਸਕੂਨ ਮਿਲਿਆ ਸਾਨੂੰ ਇੱਥੇ ਦਰਸ਼ਨ ਕਰਕੇ ਦੀਦਾਰ ਕਰਕੇ, ਕਾਫੀ ਵਧੀਆ ਲੋਕ ਆ ਚਲੋ, ਅਤੇ ਕਾਫੀ ਆਨੰਦ ਆਇਆ ਮੈਨੂੰ ਤਾਂ ਕੁੱਲ ਮਿਲਾ ਕੇ, ਅਤੇ ਤੁਸੀਂ ਵੀ ਦਰਸ਼ਨ ਕੀਤੇ ਹੁਣ ਕਮੈਂਟ ਜ਼ਰੂਰ ਕਰਿਆ ਜੋ ਵੀ ਕਿੱਦਾਂ ਲੱਗੇ, ਕਿੱਦਾਂ ਲੱਗਾ ਤੁਹਾਨੂੰ। ਹਾਂਜੀ ਹਾਂ, ਉੱਥੇ ਉਹ ਜਗ੍ਹਾ ਬਣਾਈ ਵੀ ਜਿੱਥੇ ਆਣ ਕੇ ਬਾਬਾ ਜੀ ਆਰਾਮ ਕਰਦੇ ਹੁੰਦੇ ਸੀ, ਉਹ ਜਗ੍ਹਾ ਬਣਾਈ ਪਵਿੱਤਰ। ਇੱਥੋਂ ਵੈਸੇ ਲਾਂਘਾ ਹੈ ਨੀਗਾ ਹੈ ਨਾ ਜਾਣ ਨੂੰ, ਘਾਹ ਜ਼ਿਆਦਾ ਹੋਇਆ ਪਿਆ। ਇਹ ਸਾਹਮਣੇ ਯਾਦਗਾਰ ਬਣਾਈ ਆ ਵੀ ਇੱਥੇ ਬਾਬਾ ਜੀ ਆਰਾਮ ਕਰਿਆ ਕਰਦੇ ਸੀ ਜਦੋਂ ਆਹ ਜ਼ਮੀਨ ਦੇ ਵਿੱਚ ਖੇਤੀ ਕਰਿਆ ਕਰਦੇ ਸਨ। ਪਹਿਲਾਂ ਇੱਥੇ ਦਰਖਤ ਬਹੁਤ ਵੱਡੇ ਸੀ ਨਾ, ਹਾਂ ਬਹੁਤ ਜ਼ਿਆਦਾ ਦਰਖਤ ਹੁੰਦੇ ਸੀਗੇ, ਅਤੇ ਸਾਹਮਣੇ ਹੁਣ ਤਾਂ ਬੰਨ ਬੰਨਿਆ ਹੋਇਆ, ਪਰ ਇਹ ਰਾਵੀ ਦਰਿਆ, ਰਾਵੀ ਦੇ ਕੰਢੇ 'ਤੇ ਬਾਬਾ ਨਾਨਕ ਇੱਥੇ ਹਲ ਚਲਾਇਆ ਕਰਦੇ ਸਨ, ਜਿਹੜਾ ਕਿ ਆਖਰੀ ਸਮਾਂ ਬਾਬੇ ਨਾਨਕ ਜੀ ਨੇ ਇਸ ਧਰਤੀ 'ਤੇ ਬਿਤਾਇਆ, ਲਾਸਟ 13 ਸਾਲ ਇਹ ਧਰਤੀ 'ਤੇ ਆਪਣਾ ਮਗਰਲਾ ਜੀਵਨ ਬਤੀਤ ਕੀਤਾ ਸੀ ਬਾਬੇ ਨਾਨਕ ਨੇ। ਹੁਣ ਆਪਾਂ ਤੁਹਾਨੂੰ ਖੰਜੂਰਾ ਤੋੜ ਕੇ ਦਿਖਾਓ, ਖਾ ਕੇ ਦੇਖਦੇ ਹਾਂ, ਤੋੜ ਗਏ ਯਾਰ। ਲਓ ਜੀ ਕਰੋ ਦਰਸ਼ਨ ਇਹ ਖੰਜੂਰਾਂ ਦੇ। ਲੈ ਵੀ ਮਿੱਤਰਾ ਥੋੜ੍ਹੀਆਂ, ਹਾਂ ਠੀਕ ਆ, ਪੱਕੀਆਂ ਕੱਚੀਆਂ ਥੋੜ੍ਹੀਆਂ, ਠੀਕ ਆ, ਖਾ ਕੇ ਤਾਂ ਦੇਖ ਯਾਰ, ਟੇਸਟ ਤਾਂ ਕਰ, ਦੇਖ ਖਾ ਕੇ ਦੇਖ ਕਿਵੇਂ, ਘਾਹ ਘੂ ਬਹੁਤ ਆ ਵੀ, ਸੱਪ ਸੁੱਪ ਹੀ ਹੋ ਸਕਦਾ, ਕਿਵੇਂ ਮਿੱਠੀ ਕਿ ਨਹੀਂ, ਹੈਂ ਪੂਰੀ ਕਿਆ ਬਾਤਾਂ, ਹਾਂ ਪੂਰਾ ਰਾਸ ਆ, ਪੂਰੀਆਂ ਮਿੱਠੀਆਂ ਜੀ, ਸਾਰੀਆਂ ਦੂਰ ਤੱਕ ਬਹੁਤ ਖੰਜੂਰਾਂ ਲੱਗੀਆਂ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਜ਼ਿਆਦਾਤਰ ਖੰਜੂਰਾਂ ਹੀ ਆ, ਪੂਰਾ ਰਾਸ ਆ, ਪੂਰੀਆਂ ਭਰੀਆਂ ਮਿੱਠੇ ਦੀਆਂ। ਇਹ ਉਹ ਮਿੱਟੀ ਬਾਬੇ ਨਾਨਕ ਦੀ ਧਰਤੀ ਦੀ ਆ ਮਿੱਟੀ ਆ, ਕਰੋ ਦਰਸ਼ਨ, ਵਾਹਿਗੁਰੂ ਬਾਬਾ ਮਿਹਰ ਕਰ ਸਾਡੇ 'ਤੇ ਵੀ, ਖੁਸ਼ੀਆਂ ਬਖਸ਼ੋ। ਪਰ ਇੱਥੋਂ ਆਪਾਂ ਮਿੱਟੀ, ਬੀਜ ਵਗੈਰਾ, ਕਰੰਸੀ, ਕੋਈ ਨਕਸ਼ਾ ਇੱਥੋਂ ਲਿਜਾ ਨਹੀਂ ਸਕਦੇ ਗੇ, ਅਤੇ ਇਹ ਮਿੱਟੀ ਨੂੰ ਆਪਾਂ ਬਸ ਹੱਥ 'ਚ ਫੜ ਕੇ ਮਹਿਸੂਸ ਹੀ ਕੀਤਾ। ਟਾਈਮ ਵੀ 2:15 ਹੋ ਗਿਆ, ਅਤੇ ਸੇਵਕ ਕਹਿੰਦਾ ਕਿਵੇਂ ਆ, ਮੈਂ ਕਿਹਾ ਵੀ ਆਪਾਂ ਲਾਸਟ 'ਤੇ ਜਾਣਾ, ਠੀਕ ਆ, ਕਿਉਂਕਿ ਪੱਥਰ ਥੱਲੇ ਤਪਿਆ ਪਿਆ, ਹਾਂ ਬਾਬੇ ਨਾਨਕ ਦੀ ਧਰਤੀ ਤੇ ਚੱਲਾਂਗੇ ਉਦੋਂ ਜਦੋਂ ਕਹਿਣਗੇ ਵੀ ਜਾਓ। ਹੁਣ ਅਸੀਂ ਦੁਬਾਰਾ, ਸਾਡਾ ਚਾਹ ਦਾ ਟਾਈਮ ਹੋ ਗਿਆ 2 ਵਜੇ ਵਾਲਾ, 2 ਵਜੇ ਹੁਣ ਚਾਹ ਪੀ ਕੇ ਦਰਬਾਰ ਸਾਹਿਬ ਫਿਰ ਜਾ ਕੇ ਬੈਠਦੇ ਹਾਂ, ਉੱਥੇ 1.5 ਘੰਟਾ ਅੰਦਰ ਬੈਠਦੇ ਹਾਂ ਉੱਪਰ ਫਿਰ ਦਰਬਾਰ 'ਚ, ਅਤੇ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ। ਅਤੇ ਮੈਂ ਕਿਹਾ ਵੀ 4 ਵਜੇ ਚੱਲਾਂਗੇ ਸੇਵਕ, ਕਾਹਲੀ ਨਾ ਕਰ ਮੇਰਾ ਵੀਰ। ਅਸੀਂ ਕਿਹਾ ਵੀ ਜਾਂਦੇ ਜਾਂਦੇ ਮਿੱਠੇ ਚੌਲ ਵੀ ਹੋਰ ਖਾ ਲਈਏ, ਟੇਸਟੀ ਬਹੁਤ, ਮੈਂ ਨਮਕੀਨ ਵੀ ਖਾਣ ਲੱਗਾ ਨਾਲ, ਆਹ ਮਿੱਠੇ ਚੌਲ ਤਾਂ ਬਾਹਲੇ ਸਵਾਦ ਆ, ਬਾਸਮਤੀ ਦੇ ਰੰਗ ਵੇਖੋ, ਆਹਾ। ਲਓ ਜੀ ਵੀਰ ਮਿਲੇ ਆ, ਬੜਾ ਪਿਆਰ ਕਰਦੇ ਆ ਬਾਈ, ਹੋਰ ਠੀਕ ਠਾਕ ਹੋ, ਐਨ ਚੜ੍ਹਦੀ ਕਲਾ ਬਾਈ, 2 ਵਾਰੀ ਮਿਲ ਗਿਆ ਅਤੇ ਹੁਣ ਫੋਟੋ ਕਰਾਈਆਂ ਬਾਈ, ਬੜਾ ਪਿਆਰ ਦਿੰਦੇ ਆ, ਇੱਕ ਵਾਰੀ ਜ਼ਰੂਰ ਆਇਆ ਜੋ ਸ਼੍ਰੀ ਕਰਤਾਰਪੁਰ ਸਾਹਿਬ, ਜ਼ਰੂਰ ਦਰਸ਼ਨ ਕਰਿਆ ਜੋ, ਅਤੇ ਲਵ ਜੂ ਬਾਈ, ਓਕੇ ਓਕੇ ਵੀਰੇ। ਲਓ ਜੀ 3:42 ਹੋ ਗਏ, ਬੱਸ ਹੁਣੇ ਆਈ ਹੈ ਸਾਡੀ, ਇਹ ਲਾਸਟ ਬੱਸ 4 ਵਜੇ ਚੱਲਦੀ ਆ, ਚੱਲਦੇ ਹਾਂ ਬਾਈ ਆਪਾਂ ਵਾਪਸੀ। ਸਤਿਨਾਮ ਵਾਹਿਗੁਰੂ, ਧੰਨ ਬਾਬਾ ਨਾਨਕਾ, ਮਿਹਰ ਕਰੀ ਫਿਰ ਆਈਏ, ਖੁਸ਼ੀਆਂ ਬਖਸ਼ੀ ਮਾਲਕਾ, ਤੰਦਰੁਸਤੀ ਬਖਸ਼ੀ, ਕੀ ਹਾਲ ਚਾਲ, ਚੜ੍ਹਦੀ ਕਲਾ, ਚਲੋ ਚੜ੍ਹਦੀ ਕਲਾ ਚਾਹੀਦੀ। ਲਓ ਜੀ ਕਰਤੀਆਂ ਤਿਆਰੀਆਂ।
ਬਾਬਾ ਨਾਨਕ ਮਿਹਰ ਕਰੇ। ਤਾਂ ਪੂਰੇ 4 ਵਜੇ ਬੱਸ ਸਾਡੀ ਚੱਲ ਪਈ ਹੈ ਅਤੇ ਸਾਰੇ ਅਸੀਂ 20 ਜਣੇ ਹਾਂ ਅਤੇ ਅੱਜ ਸਾਰੇ ਟੋਟਲ ਸੀਗੇ 140। ਦਰਸ਼ਨ ਹੋਏ ਬਹੁਤ ਵਧੀਆ ਅਤੇ ਸਭ ਤੋਂ ਲਾਸਟ 'ਤੇ ਚੱਲੇ ਹਾਂ 4 ਵਜੇ ਅਤੇ ਵਾਹਿਗੁਰੂ ਮਿਹਰ ਕਰੀ ਸੱਚੇ ਪਾਤਸ਼ਾਹ। ਫਿਰ ਆਵਾਂਗੇ ਜਲਦੀ। ਲਓ ਜੀ ਗੁੱਡ ਬਾਏ ਬਾਏ, ਧੰਨਵਾਦ ਬਹੁਤ ਬਹੁਤ ਭਰਾ। ਹਾਂ ਮਿਲਦੇ ਹਾਂ ਫਿਰ ਅਗਲੀ ਵਾਰੀ ਹੈਂ। ਲਓ ਜੀ ਉੱਧਰ ਮੈਸੀ ਟਰੈਕਟਰ ਚੱਲਦਾ, ਮੈਂ ਲੰਘ ਗਿਆ ਪਿੱਛੇ। ਹਾਂ ਮੈਸੀ ਲੰਘ ਗਿਆ, ਇੱਕ ਹੋਰ ਆ ਜੀ ਮੈਸੀ ਜਾ ਰਹੇ ਇੱਥੇ ਕਿਰਾਇਆ ਲਾਉਣ ਡੇ, ਕੰਪਿਊਟਰ ਕਿਰਾਇਆ। ਹਾਂ ਲਓ ਜੀ ਜਾਣਾ ਪੈਣਾ, ਜਾਣ ਨੂੰ ਇਹੋ ਜੀ ਨਹੀਂ ਕਰਦਾ। ਲਓ ਜੀ ਬਾਏ ਬਾਏ ਪਾਕਿਸਤਾਨ, ਤੇ ਹੁਣ ਚੱਲਦੇ ਆਪਾਂ ਇੰਡੀਆ ਪੰਜਾਬ ਵਾਪਸ, ਪਾਕਿਸਤਾਨ ਤੋਂ ਵਾਪਸ ਇੰਡੀਆ। ਚੱਲੀਏ ਬਈ। ਲਓ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ, ਫਿਰ ਅਗਲੀ ਵਾਰੀ ਧਰਤੀ ਦੇ ਅੱਗੇ ਮਾਲਕ ਦਾ ਸੱਚੇ ਪਾਤਸ਼ਾਹ ਤੁਹਾਨੂੰ ਰੱਤੀ ਬਖਸ਼ੀ, ਧੰਨ ਗੁਰੂ ਸੱਚੇ ਪਾਤਸ਼ਾਹ ਗ੍ਰੰਥ ਸਾਹਿਬ ਜੀ ਮਹਾਰਾਜ। ਚੱਲੀਏ ਬਈ, ਲੰਘ ਗਿਆ ਤੂੰ ਤਾਂ ਇੰਡੀਆ 'ਚ, ਮੈਂ ਹਜੇ ਇੱਥੇ ਹੀ ਹਾਂ। ਲੈ ਬਈ ਆ ਗਏ ਪੰਜਾਬ 'ਚ, ਆ ਗਏ ਵੀ ਇੰਡੀਆ 'ਚ। ਬਾਏ ਬਾਏ ਪਾਕਿਸਤਾਨ, ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ। ਚੱਲ ਬਈ ਹੈਂ, ਚਲੋ ਜੀ ਵੈਲਕਮ ਇੰਡੀਆ। ਮਤ ਪੁੱਛੋ ਵੀ ਪਾਸਪੋਰਟ ਦਾ ਜੀ ਹੁੰਦਾ, ਸਭ ਕੁਝ ਦਰਜ ਆਇਆ ਹੈ ਉੱਥੇ ਹੋਇਆ ਸਾਰਾ ਕੁਝ ਵੀ ਉਹਨਾਂ ਦੇ ਵੀ। ਹਾਂਜੀ ਹਾਂਜੀ, ਵੀ ਆਪਾਂ ਐਵੇਂ ਕਹੀ ਜਾਂਦੇ ਪਾਕਿਸਤਾਨ 'ਚ ਅੱਗੇ ਆਧਾਰ ਕਾਰਡ, ਕਿਸੇ ਆਧਾਰ ਕਾਰਡ ਦੇ ਸਾਡਾ ਪਾਸਪੋਰਟ ਤੇ ਐਂਟਰੀਆਂ। ਹਾਂ ਸਹੀ ਹੈ, ਸਭ ਕੁਝ ਰਿਕਾਰਡ ਆ। ਲਓ ਜੀ ਬਾਬੇ ਨਾਨਕ ਦੀ ਧਰਤੀ ਤੋਂ ਲੈ ਕੇ ਵਿਦਾ, ਅਤੇ ਹੁਣ ਆ ਗਏ ਹਾਂ। ਟਾਈਮ 4:30 ਹੋ ਗਿਆ ਨਾ, 4:30 ਅਸੀਂ ਬਾਹਰ ਹੋ ਗਏ ਹਾਂ। ਕੋਈ ਮੋਹਰ ਨਹੀਂ ਲੱਗਦੀ ਪਾਸਪੋਰਟ 'ਤੇ, ਬਾਕੀ ਸਾਰੇ ਜਿੰਨੇ ਵੀ ਡਾਕੂਮੈਂਟ ਹੁੰਦੇ ਆ, ETV ਅਰਾਈਵਲ ਡਿਪਾਰਚਰ ਸਾਰੇ ਉੱਥੇ ਰੱਖ ਲਏ, ਸਾਰਾ ਕੁਝ ਹੋ ਜਾਂਦਾ ਜਮ੍ਹਾਂ। ਕਰੋਨਾ ਦੀ ਰਿਪੋਰਟ ਇਕੱਲੀ ਸਾਡੇ ਕੋਲ ਵਾਪਸ ਆਈ, ਉਹ ਐਂਟਰੀ 'ਤੇ ਇਕੱਲੀ ਪੁੱਛਦੇ ਆ, ਬਾਕੀ ਬਸ ETA ਫਾਰਮ ਅਤੇ ਪਾਸਪੋਰਟ। ਅਤੇ ਹੁਣ ਇੱਥੋਂ ਅਸੀਂ ਚਾਲੇ ਪਾਉਂਦੇ ਹਾਂ ਪਿੰਡਾਂ ਨੂੰ, ਅਤੇ ਬਾਕੀ ਆਹ ਵਲੌਗ ਕਿਵੇਂ ਲੱਗਿਆ ਜ਼ਰੂਰ ਸ਼ੇਅਰ ਕਰਿਆ ਜੋ, ਲਾਈਕ ਜ਼ਰੂਰ ਕਰ ਦਿਆ ਜੋ, ਅਤੇ ਜਿਉਂਦੇ ਵੱਸਦੇ ਰਹੋ ਇੱਥੋਂ ਤੱਕ ਵੀਡੀਓ ਦੇਖਣ ਲਈ। ਹੁਣ ਆਪਾਂ ਇੱਥੇ ਬਾਹਰ ਆ ਗਏ ਹਾਂ, ਕਿਵੇਂ ਰਿਹਾ ਬਈ ਯਾਤਰਾ, ਕਿਵੇਂ ਰਹੀ? ਓਕੇ ਲਓ ਜੀ, ਸਭ ਤੋਂ ਪਹਿਲਾਂ ਗਏ ਸੀ ਅਤੇ ਸਭ ਤੋਂ ਬਾਅਦ 'ਚੋਂ ਆਏ ਹਾਂ, ਅਤੇ ਹੁਣ ਪਿੰਡ ਨੂੰ ਘੱਟੋ ਘੱਟ ਸਾਨੂੰ 4-5 ਘੰਟੇ ਲੱਗ ਜਾਣੇ ਆ, ਅਤੇ ਹੁਣ ਚੱਲਦੇ ਹਾਂ ਬਾਬਾ ਨਾਨਕ ਮਿਹਰ ਕਰੇ, ਅਤੇ ਫਿਰ ਜਲਦੀ ਜਲਦੀ ਆਈਏ। ਲਓ ਜੀ ਜਿਉਂਦੇ ਵੱਸਦੇ ਰਹੋ, ਲਵ ਯੂ ਆ।